ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਉਪਰੰਤ ਇੱਕ ਮਹੀਨੇ ਦੇ ਅੰਦਰ ਅੰਦਰ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾਵੇਗਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੀਨਾ ਨਗਰ ਵਿੱਚ ਆਪ ਉਮੀਦਵਾਰ ਦੇ ਹੱਕ ਵਿੱਚ ਨਿਤਰੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਮਾਰੂ ਨੀਤੀਆਂ ਤੋਂ ਤੰਗ ਨੇ ਤੇ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਨੇ। ਇਸ ਮੌਕੇ ਉਨ੍ਹਾਂ ਨੇ ਕੁਝ ਮੀਡੀਆ ਗਰੁੱਪ ਤੇ ਵੀ ਨਿਸ਼ਾਨੇ ਸਾਧੇ। ਪੰਜਾਬ ਦੇ ਲੋਕ ਸੀਐਮ ਬਣਨਗੇ, ਘਰ ਘਰ ਸ਼ਕਤੀ ਆਊਗੀ। ਅਸੀਂ ਲੋਕਾਂ ਨੂੰ ਸ਼ਕਤੀ ਦੇਣ ਆਇਆ, ਅਸੀਂ ਕੋਈ ਕਾਰਾਂ ਸਰਕਾਰਾਂ ਬਦਲਣ ਆਏ, ਅਸੀਂ ਸਿਸਟਮ ਬਦਲਣ ਦੀ ਗੱਲ ਸੁਣਨ ਜਾ ਰਹੇ ਹੋ। ਕੇਜਰੀਵਾਲ ਸਾਹਿਬ ਜਿਹੜੇ ਸੀਐਮ ਲਾਏ ਜਾ ਰਹੇ, ਜੋ ਵੀ ਮਰਜ਼ੀ ਬਣੂਗਾ ਜੀ, ਉਹ ਹੋਊਗਾ ਪੰਜਾਬ ਦੀ ਭਲਾਈ ਵਾਸਤੇ, ਹੋਊਗਾ ਉਹ ਪੰਜਾਬ ਦਾ ਹਿਤੈਸ਼ੀ। ਵਿਰੋਧੀ ਤੁਹਾਡੇ ਬਾਰ ਬਾਰ ਜਿਹੜੇ ਬਲੇਮ ਲਾਉਂਦੇ ਕਿ ਮਗੇ ਦਾਰੂ ਪੀ ਗਏ, ਉਹਨਾਂ ਦਾ ਕੀ ਹੈ ਜੀ? ਉਹ ਕਦੇ ਕੰਮ ਕਰਦੇ ਨੇ? ਕਦੇ ਕੰਮ ਕੀਤਾ ਉਹਨਾਂ ਨੇ? ਮੈਂ ਰਾਤ ਦੇ 10 ਵਜੇ ਤੱਕ ਲਾਈਵ, ਸਵੇਰ ਦੇ 7 ਵਜੇ ਲਾਈਵ, ਮੈਂ 200 ਰੈਲੀਆਂ ਕਰ ਚੁੱਕਿਆ ਪਿਛਲੇ 60 ਦਿਨਾਂ ਦੇ ਵਿੱਚ। ਕੈਪਟਨ ਅਮਰਿੰਦਰ ਤੇ ਸੁਖਬੀਰ ਬਾਦਲ ਹੋਰਾਂ ਨੂੰ ਲੋਕ ਵੜਨ ਨਹੀਂ ਦਿੰਦੇ, ਸੋ ਇਹ ਉਹਨਾਂ ਦੀ ਬੁਖਲਾਹਟ ਹੈ। ਸਰ ਮੀਡੀਆ ਖਿਲਾਫ ਇਹਨਾਂ ਬੋਲਿਓ ਕੀ ਹਾਲ? ਮੀਡੀਆ ਦੇ ਖਿਲਾਫ ਨਹੀਂ ਬੋਲਿਆ, ਤੁਹਾਡੇ ਖਿਲਾਫ ਨਹੀਂ ਹੈਗਾ। ਮੀਡੀਆ ਹਾਊਸਸ ਦੇ ਖਿਲਾਫ ਆ, ਈਡੀਸੀ, ਦੈਨਿਕ ਭਾਸਕਰ ਜਿਹੜੇ ਜਿਹੜੇ ਐਸੀਆਂ ਖਬਰਾਂ ਲਾਉਂਦੇ ਨੇ ਜਿਹੜੇ ਜਿਹਨਾਂ ਦਾ ਕੋਈ ਬੇਸ ਹੀ ਨਹੀਂ, ਮੈਂ ਉਹਨਾਂ ਦੇ ਖਿਲਾਫ ਆ। ਮੇਰੀ ਤੁਹਾਡੇ ਨਾਲ ਲੜਾਈ ਨਹੀਂ। ਸਰ ਦੁਆਬੇ ਦੇ ਵਿੱਚ ਤੁਹਾਡਾ ਜ਼ੋਰ ਹੈ, ਬਲਕਿ ਮਾਲਵੇ ਤੇ ਮਾਝੇ ਬਾਰੇ ਕੀ ਕਹਿਣਾ ਤੁਹਾਡਾ? ਮੈਂ ਕਿਹਾ ਜੀ ਤੁਸੀਂ ਦੇਖਿਆ ਜਾਓ, 11 ਤਰੀਕ ਨੂੰ 11 ਵਜੇ ਤੁਸੀਂ ਆਪ ਖਬਰ ਦਿਓਗੇ ਕਿ ਰਿਕਾਰਡ ਤੋੜ ਜਿੱਤ ਜਿਹੜੀ ਹੈ।